ਸੋ ਇਹ ਪੂਰੇ ਵਰਲਡ ਨੇ ਦੁੱਖ ਮਨਾਇਆ ਇਸ ਵੀਰ ਦਾ ਕਿ ਇੱਕ ਅੱਛੀ ਸੋਚ ਲੈ ਕੇ ਚੱਲਿਆ ਸੀ ਪੰਜਾਬ ਦਾ ਸਿਰ ਉੱਚਾ ਕਰਦਾ ਸੀ ਇੱਕ ਨੌਜਵਾਨ ਦੀਦਾ ਸੀ ਸਿੱਖ ਸਿਰ 'ਤੇ ਦਸਤਾਰ ਸਜਾਈ ਹੋਈ ਕਿ ਇੱਕ ਪੰਜਾਬੀ ਚਿਹਰਾ ਇੱਕ ਸਿੱਖ ਕੌਮ ਦਾ ਚਿਹਰਾ ਜਿਹੜਾ ਉੱਭਰ ਕੇ ਅੱਗੇ ਆਇਆ ਸੀ ਅਸੀਂ ਉਹਨਾਂ ਦੇ ਪਿਤਾ ਜੀ ਨੂੰ ਇਹ ਗੱਲ ਆਖੀ ਹੈ ਕਿ ਅਸੀਂ ਉਹਦੀ ਘਾਟ ਤਾਂ ਪੂਰੀ ਨਹੀਂ ਕਰ ਸਕਦੇ ਪਰ ਅਸੀਂ ਤੁਹਾਡੇ ਨਾਲ ਖੜੇ ਹਾਂ ਮੁੰਡੇ ਨਾਲ ਮੁੰਡਾ ਲਾ ਕੇ ਜਿਵੇਂ ਤੁਸੀਂ ਹੁਕਮ ਕਰੋਗੇ ਜੇ ਸਰਕਾਰ ਕਿਤੇ ਵਿਸਲਿਆ ਹੁੰਦੀ ਹੈ ਕੋਈ ਇਨਸਾਫ ਵਾਲੀ ਗੱਲ ਤੋਂ ਵਿਸਲਿਆ ਹੁੰਦੀ ਹੈ ਪਿੱਛੇ ਕਿਤੇ ਹੜਦੀ ਨਜ਼ਰ ਆਉਂਦੀ ਹੈ ਤਾਂ ਬਿਲਕੁਲ ਕਿਸੇ ਗੱਲੋਂ ਨਹੀਂ ਝਿਜਕਣਾ ਤੁਸੀਂ ਹੁਕਮ ਲਾਉਣਾ ਹੈ ਅਸੀਂ ਸਾਰੀਆਂ ਜਥੇਬੰਦੀਆਂ ਪੂਰਾ ਇਸ ਕੈਂਪ ਤੁਹਾਡੇ ਨਾਲ ਡਟ ਕੇ ਖੜੇ ਹਾਂ ਜਿੰਨੇ ਦਿਖਾ ਰਿਹਾ ਕਿ ਕਾਨੂੰਨ ਦੇ ਹੱਥ ਇੰਨੇ ਲੰਮੇ ਹੁੰਦੇ ਆ ਪਰ ਸਾਨੂੰ ਅੱਜ ਤੱਕ ਉਹ ਕਾਨੂੰਨ ਦੇ ਹੱਥ ਉਹਦੇ ਲੰਬੇ ਨਹੀਂ ਦਿੱਤੇ ਬੌਣੇ ਹੋ ਜਾਂਦੇ ਉਹ ਹੱਥ ਪਹਿਲਾਂ ਕਬੱਡੀ ਖਿਡਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਫਿਰ ਇੱਕ ਗਾਇਕ ਨੂੰ ਨਿਸ਼ਾਨਾ ਬਣਾਇਆ ਗਿਆ ਸਾਨੂੰ ਤਾਂ ਇਹ ਵੀ ਲੱਗਦਾ ਕਿ ਅਸੀਂ ਵੀ ਸੁਰੱਖਿਅਤ ਨਹੀਂ ਹਾਂ ਅਜਿਹੇ ਰਾਜ ਦੇ ਵਿੱਚ ਜੇ ਨਹੀਂ ਸਾਨੂੰ ਕੋਈ ਢਿੱਲਮਸ ਦਿਸੂਗੀ ਫਿਰ ਕਿਸੇ ਵੀ ਐਜੀਟੇਸ਼ਨ ਤੱਕ ਕਿਸੇ ਹੱਦ ਤੱਕ ਜਾਣਾ ਪਵੇ ਨਹੀਂ ਪਿੱਛੇ ਹਟਾ ਅਸੀਂ ਰਾਜਸਥਾਨ ਤੋਂ ਆਏ ਜੀ ਰਾਜਸਥਾਨ ਦੀ ਕਿਸਾਨ ਜਥੇਬੰਦੀ ਹੈ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ GKS ਪ੍ਰਧਾਨ ਜੀ ਨਾਲ ਰਾਜੀਤ ਸਿੰਘ ਜੀ ਰਾਜੂ ਔਰ ਨਾਲ ਸਾਡੇ ਪੰਜਾਬ ਦੀਆਂ ਜਥੇਬੰਦੀਆਂ ਪੂਰਾ ਸੰਯੁਕਤ ਕਿਸਾਨ ਮੋਰਚਾ ਆਇਆ ਹਰਿਆਣੇ ਤੋਂ ਵੀ ਆਏ ਤੇਜਵੀਰ ਜੀ ਹੋਣੀ ਬਹੁਤ ਵੱਡਾ ਦੁੱਖ ਹੈ ਇਸ ਦੁੱਖ ਨੂੰ ਮਾਪਿਆ ਨਹੀਂ ਜਾ ਸਕਦਾ ਪਰਮਾਤਮਾ ਦਾ ਭਾਣਾ ਮੰਨਣ ਤੋਂ ਬਿਨਾਂ ਹੋਰ ਕੁਛ ਕੀਤਾ ਨਹੀਂ ਜਾ ਸਕਦਾ ਅਸੀਂ ਤਾਂ ਸਿਰਫ ਬਾਪੂ ਜੀ ਮੂਹਰੇ ਇੰਨੀ ਬੇਨਤੀ ਕਰਨ ਆਏ ਸੀ ਕਿ ਉਸਦੀ ਸੋਚ ਜਿਹੜੀ ਸੀ ਉਹਨੂੰ ਪੂਰੇ ਦੇਸ਼ ਪੱਧਰ 'ਤੇ ਧੱਕਾ ਲੱਗਿਆ ਪਰ ਉਹਦੇ ਜਾਣ ਤੋਂ ਬਾਅਦ ਰਾਜਸਥਾਨ ਪੰਜਾਬ ਅਤੇ ਹਰਿਆਣਾ ਦੀਆਂ ਜਿੰਨੇ ਵੀ ਕਿਸਾਨ ਜਥੇਬੰਦੀਆਂ ਉਹ ਬਾਪੂ ਜੀ ਦੇ ਨਾਲ ਖੜੀਆਂ ਜਦੋਂ ਵੀ ਉਹ ਆਵਾਜ਼ ਮਾਰਨਗੇ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੀ ਇੱਕ ਆਵਾਜ਼ 'ਤੇ ਹਾਜ਼ਰ ਹੋਣਗੀਆਂ ਇਸ ਤੋਂ ਜ਼ਿਆਦਾ ਕਹਿਣ ਨੂੰ ਕੋਈ ਸ਼ਬਦ ਨਹੀਂ ਹੈ ਮੇਰੇ ਵੀਰ ਦੇ ਜਾਣ ਤੋਂ ਬਾਅਦ ਐਸ ਕਰੇ ਆ ਕੇ ਕੋਈ ਸ਼ਬਦ ਰਹਿ ਨਹੀਂ ਜਾਂਦੇ ਇੱਕੋ ਹੀ ਸ਼ਬਦ ਹੈ ਸਰਕਾਰ ਤੱਕ ਵੀ ਉਹਨਾਂ ਨੂੰ ਇਨਸਾਫ ਮਿਲੇ ਔਰ ਅਗਰ ਇਨਸਾਫ ਨਹੀਂ ਮਿਲਦਾ ਤਾਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਇਹ ਇਨਸਾਫ ਦਵਾਉਣ ਵਾਸਤੇ ਕਿਸੇ ਵੀ ਹੱਦ ਤੱਕ ਜਾਣਗੀਆਂ ਇੰਨਾ ਹੀ ਕਹਿ ਸਕਦੇ ਹਾਂ ਅਸੀਂ ਸੰਯੁਕਤ ਮੋਰਚੇ ਦੀ ਟੀਮ ਸਾਰੀਆਂ ਹੀ ਸਟੇਟਾਂ ਦੇ ਵਿੱਚੋਂ ਆਏ ਹਾਂ ਪਹਿਲਾਂ ਵੀ ਆਏ ਹਾਂ ਪਰ ਅੱਜ ਅਸੀਂ ਇੱਕ ਵਾਜਵਾਂ ਮੌਕਾ ਬਣਾ ਕੇ ਇਕੱਠੇ ਹੋ ਕੇ ਚੱਲੀਏ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਿੱਥੋਂ ਤੱਕ ਸਰਕਾਰਾਂ ਦਾ ਕੰਮ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਅਜਿਹੀ ਵੱਡੀ ਘਟਨਾ ਵਾਪਰਦੀ ਹੈ ਤਾਂ ਸਰਕਾਰਾਂ ਮੂਕ ਦਰਸ਼ਕ ਬਣ ਕੇ ਦੇਖਦੀਆਂ ਰਹਿੰਦੀਆਂ ਸਾਰੀਆਂ ਸਰਕਾਰਾਂ ਦੇਖ ਲਈਆਂ ਕੋਈ ਇੱਕ ਇਸ ਪਹਿਲੀ ਸਰਕਾਰ ਦਾ ਨਹੀਂ ਕਾਂਗਰਸ ਵੀ ਦੇਖੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਦੇਖੀ ਹੈ ਅਤੇ ਆਪ ਵਾਲੇ ਵੀ ਦੇਖੇ ਹੈ ਲੋਕਾਂ ਨੂੰ ਐਜੀਟੇਸ਼ਨ ਕਰੇ ਤੋਂ ਸਿਵਾਏ ਕੋਈ ਇਨਸਾਫ ਨਹੀਂ ਮਿਲਦਾ ਚਾਹੇ ਇੱਥੇ ਬੇਅਦਬੀ ਦਾ ਮੁੱਦਾ ਹੋਵੇ ਪੰਜਾਬ ਦੇ ਵਿੱਚ ਚਾਹੇ ਕੋਈ ਲੜਕੀ ਦੇ ਨਾਲ ਬਲਾਤਕਾਰ ਦਾ ਮੁੱਦਾ ਹੋਵੇ ਚਾਹੇ ਕਿਸੇ ਕਬੱਡੀ ਖਿਡਾਰੀ ਦੀ ਮਤਲਬ ਕਤਲ ਹੋਇਆ ਹੋਵੇ ਜਾਂ ਕਿਸੇ ਗਾਇਕ ਦਾ ਕਤਲ ਹੋਇਆ ਹੋਵੇ ਜਿੰਨੇ ਦਿਖਾ ਰਿਹਾ ਕਿ ਕਾਨੂੰਨ ਦੇ ਹੱਥ ਇੰਨੇ ਲੰਮੇ ਹੁੰਦੇ ਆ ਪਰ ਸਾਨੂੰ ਅੱਜ ਤੱਕ ਉਹ ਕਾਨੂੰਨ ਦੇ ਹੱਥ ਉਹਦੇ ਲੰਬੇ ਨਹੀਂ ਦਿੱਤੇ ਬੌਣੇ ਹੋ ਜਾਂਦੇ ਉਹ ਹੱਥ ਇਹਦੇ ਪਿੱਛੇ ਪਤਾ ਲੱਗਦਾ ਕਿ ਅਸਲ ਦੇ ਵਿੱਚ ਜਿਹੜੀਆਂ ਸਾਜ਼ਿਸ਼ਾਂ ਉਹ ਰਚੀਆਂ ਜਾਂਦੀਆਂ ਸਾਜ਼ਿਸ਼ਾਂ ਰਚ ਕੇ ਸਰਕਾਰਾਂ ਸਾਰਾ ਕੁਝ ਅਜਿਹਾ ਕਰਾਉਂਦੀਆਂ ਪਹਿਲਾਂ ਕਬੱਡੀ ਖਿਡਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਫਿਰ ਇੱਕ ਗਾਇਕ ਨੂੰ ਨਿਸ਼ਾਨਾ ਬਣਾਇਆ ਗਿਆ ਸਾਨੂੰ ਤਾਂ ਇਹ ਵੀ ਲੱਗਦਾ ਕਿ ਅਸੀਂ ਵੀ ਸੁਰੱਖਿਅਤ ਨਹੀਂ ਹਾਂ ਅਜਿਹੇ ਰਾਜ ਦੇ ਵਿੱਚ ਤਾਂ ਕਿ ਜਿਹੜਾ ਮਾਹੌਲ ਹੈ ਉਹ ਠੀਕ ਨਾ ਰਹੇ ਪੰਜਾਬ ਦਾ ਮਾਹੌਲ ਵਿਗਾੜ ਕੇ ਰੱਖਿਆ ਜਾਵੇ ਸੋ ਅਸੀਂ ਚੇਤਾਵਨੀ ਵੀ ਦਿੰਦੇ ਹਾਂ ਸਰਕਾਰਾਂ ਨੂੰ ਕਿ ਚੁੱਪ ਕਰਕੇ ਨਹੀਂ ਬੈਠਿਆ ਜਾਣਾ ਛੇਤੀ ਤੋਂ ਛੇਤੀ ਮਤਲਬ ਇਸ ਪਰਿਵਾਰ ਨੂੰ ਇਨਸਾਫ ਦਵਾਉਣਾ ਚਾਹੀਦਾ ਅਸੀਂ ਸਾਰੀਆਂ ਨਹੀਂ ਸਾਰੀਆਂ ਜਥੇਬੰਦੀਆਂ ਇਸ ਪਰਿਵਾਰ ਦੇ ਨਾਲ ਖੜੇ ਅਸੀਂ ਤਾਂ ਰਾਜਸਥਾਨ ਪੰਜਾਬ ਹਰਿਆਣਾ ਤੋਂ ਸਾਰੇ ਜਥੇਬੰਦੀਆਂ ਇਸ ਕਿਉਂ ਨਹੀਂ ਚੱਲ ਕੇ ਆਈਆਂ ਸੀਗੀਆਂ ਬਾਪੂ ਜੀ ਮੂਹਰੇ ਇਹੀ ਬੇਨਤੀ ਕੀਤੀ ਹੈ ਜੋ ਸਾਡੇ ਛੋਟੇ ਭਰਾ ਦੀ ਸੋਚ ਸੀਗੀ ਉਹ ਸੋਚ ਨੂੰ ਤੁਸੀਂ ਅੱਗੇ ਵਧਾਉਣਾ ਬੜੀ ਵਧੀਆ ਸੋਚ ਸੀਗੀ ਧਰਤੀ ਨਾਲ ਜੁੜਿਆ ਸੀਗਾ ਕਿਸਾਨੀ ਨਾਲ ਜੁੜਿਆ ਸੀਗਾ ਸਾਡੇ ਕਿੱਤੇ ਨੂੰ ਪ੍ਰਮੋਟ ਕਰ ਰਿਹਾ ਸੀਗਾ ਅਸੀਂ ਤੁਹਾਡੇ ਨਾਲ ਬਾਹਣਾ ਬਾਹਣ ਲਾ ਕੇ ਖੜ੍ਹੇ ਹਾਂ ਅਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਹਜੇ ਤੱਕ ਤੂੰ ਸੋਲਵ ਨਹੀਂ ਕੀਤਾ ਉਹ ਗੱਲ ਨਾ ਹੋਵੇ ਕਿਤੇ ਨੂੰ ਲਟਕਾਉਣ ਦੀ ਤੁਹਾਡੀ ਮਨਸ਼ਾ ਹੋਵੇ ਇਸ ਵਾਸਤੇ ਚੇਤਾਵਨੀ ਦੇ ਰੂਪ 'ਚ ਚੈਲੇਂਜ ਕਰਦੇ ਹਾਂ ਵੀ ਸਮੇਂ ਰਹਿੰਦਿਆਂ ਸਾਡੇ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਅਤੇ ਪੰਜਾਬ ਦਾ ਪ੍ਰਤੇਕ ਨਾਗਰਿਕ ਸੁਰੱਖਿਅਤ ਹੋਵੇ ਕੱਲ੍ਹ ਹੀ ਪਤਾ ਲੱਗਿਆ ਵੀ ਅੰਮ੍ਰਿਤਸਰ ਵਿੱਚ 3 ਕਤਲ ਹੋਏ ਆ ਇਹ ਅੱਛੀ ਅਲਾਮਤ ਨਹੀਂ ਗੀ ਇਹ ਨਵੀਂ ਕਿਸਮ ਦੀ ਸਰਕਾਰ ਬਣੀ ਆ ਨਵੀਂ ਸਰਕਾਰ ਨਹੀਂ ਅਸੀਂ ਨਵੀਂ ਕਿਸਮ ਦੀ ਸਰਕਾਰ ਤੋਂ ਨਵੇਂ ਕਿਸਮ ਦਾ ਲਾਅ ਐਂਡ ਆਰਡਰ ਚਾਹੁੰਦੇ ਹਾਂ
तो सरकार आपके नवे किस्म के लॉ नॉर्डर से खरी उतरी उम्मीद करते हैं, नहीं तो जिम्मे प्रधान जी ने कहा एजुटेशन एजुटेशन करने तो अभी पिछे नहीं हटा। उन्होंने जान तो उपरंत दुख साझा करना यह है। सो असी समझते हैं कि ये बड़ी मंदभागी गल है, पंजाब लई वड्डी घाट हुई है, साडी सिख कौम लई वड्डी घाट हुई है। जिथे जिथे भी पंजाबी आल वर्ल्ड च बैठा है, मैं कहांगा पंजाबी नहीं, असी हुण अंदर गल कर रहे सी उन्हां दे पिता दे नाल कि जिहड़े जिन्हां नूं असी काले कहिंदे आ ਉਹ ਵੀ ਸਿੰਗਰ ਜਿਹੜੇ ਉਹਨੇ ਸਟੇਜਾਂ 'ਤੇ ਜਾ ਕੇ ਦੁੱਖ ਮਨਾਇਆ। ਸੋ ਇਹ ਪੂਰੇ ਵਰਲਡ ਨੇ ਦੁੱਖ ਮਨਾਇਆ ਇਸ ਵੀਰ ਦਾ ਕਿ ਇੱਕ ਅੱਛੀ ਸੋਚ ਲੈ ਕੇ ਚੱਲਿਆ ਸੀ, ਪੰਜਾਬ ਦਾ ਸਿਰ ਉੱਚਾ ਕਰਦਾ ਸੀ, ਇੱਕ ਨੌਜਵਾਨ ਦੀਦਾ ਸੀ, ਸਿੱਖ ਸਿਰ 'ਤੇ ਦਸਤਾਰ ਸਜਾਈ ਹੋਈ ਕਿ ਇੱਕ ਪੰਜਾਬੀ ਚਿਹਰਾ, ਇੱਕ ਸਿੱਖ ਕੌਮ ਦਾ ਚਿਹਰਾ ਜਿਹੜਾ ਉੱਭਰ ਕੇ ਅੱਗੇ ਆਇਆ ਸੀ। ਸੋ ਇਹ ਵੱਡੀ ਘਾਟ ਸਾਡੀ ਕੌਮ ਨੂੰ ਮੈਂ ਸਮਝਦਾ ਅਸੀਂ ਮਹਿਸੂਸ ਕਰਦੇ ਹਾਂ, ਪਰ ਇਹ ਵੀ ਨਾਲ ਹੀ ਕਹਿ ਕੇ ਆਏ ਹਾਂ ਜਿਸ ਤਰ੍ਹਾਂ ਰਾਜੂ ਜੀ ਨੇ ਦੱਸਿਆ, ਪ੍ਰਧਾਨ ਜੀ ਨੇ ਦੱਸਿਆ, ਸੰਤ ਵੀਰ ਜੀ ਨੇ, ਅਸੀਂ ਉਹਨਾਂ ਦੇ ਪਿਤਾ ਜੀ ਨੂੰ ਇਹ ਗੱਲ ਆਖੀ ਹੈ ਕਿ ਅਸੀਂ ਉਹਦੀ ਘਾਟ ਤਾਂ ਪੂਰੀ ਨਹੀਂ ਕਰ ਸਕਦੇ, ਪਰ ਅਸੀਂ ਤੁਹਾਡੇ ਨਾਲ ਖੜੇ ਹਾਂ ਮੁੰਡੇ ਨਾਲ ਮੁੰਡਾ ਲਾ ਕੇ, ਜਿਵੇਂ ਤੁਸੀਂ ਹੁਕਮ ਕਰੋਗੇ। ਜੇ ਸਰਕਾਰ ਕਿਤੇ ਵਿਸਲਿਆ ਹੁੰਦੀ ਹੈ, ਕੋਈ ਇਨਸਾਫ ਵਾਲੀ ਗੱਲ ਤੋਂ ਵਿਸਲਿਆ ਹੁੰਦੀ ਹੈ, ਪਿੱਛੇ ਕਿਤੇ ਹੜਦੀ ਨਜ਼ਰ ਆਉਂਦੀ ਹੈ, ਤਾਂ ਬਿਲਕੁਲ ਕਿਸੇ ਗੱਲੋਂ ਨਹੀਂ ਝਿਜਕਣਾ, ਤੁਸੀਂ ਹੁਕਮ ਲਾਉਣਾ ਹੈ। ਅਸੀਂ ਸਾਰੀਆਂ ਜਥੇਬੰਦੀਆਂ ਪੂਰਾ ਐਸਕੇਐਮ ਤੁਹਾਡੇ ਨਾਲ ਡਟ ਕੇ ਖੜੇ ਹਾਂ, ਔਰ ਬਿਲਕੁਲ ਸਰਕਾਰ ਨੂੰ ਫਿਰ ਦੱਸ ਦੇਵਾਂਗੇ ਕਿਵੇਂ ਸਰਕਾਰਾਂ ਚੱਲਦੀਆਂ। ਨਵੀਂ ਸਰਕਾਰ ਆਈ ਹੈ, ਅਸੀਂ ਇਹ ਤੋਂ ਬੜੀ ਆਸ਼ਾ ਕਰਦੇ ਹਾਂ ਕਿ ਇਹ ਜਲਦ ਤੋਂ ਜਲਦ ਇਨਸਾਫ ਪਰਿਵਾਰ ਨੂੰ ਦੇਣ। ਜੇ ਨਹੀਂ ਸਾਨੂੰ ਕੋਈ ਢਿੱਲ ਮਸ ਦਿਸੂਗੀ, ਫਿਰ ਕਿਸੇ ਵੀ ਐਜੂਟੇਸ਼ਨ ਤੱਕ ਕਿਸੇ ਹੱਦ ਤੱਕ ਜਾਣਾ ਪਵੇ, ਨਹੀਂ ਪਿੱਛੇ ਹਟਾਂਗੇ।